ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਊਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ, ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8552002064 ਅਤੇ 85560021। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵੱਡੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬਠਿੰਡਾ ਪੁਲਿਸ ਦੀ ਨਾਰਕੋਟਿਕ ਸੈੱਲ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਬਠਿੰਡਾ ਡੱਬ ਵਾਲੀ ਮੇਨ ਰੋਡ ਨੇੜੇ ਏਮਸ ਬਠਿੰਡਾ ਟੀ ਪੁਆਇੰਟ ਤੇ ਇੱਕ ਸਪੈਸ਼ਲ ਨਾਕਾਬੰਦੀ ਕਰਕੇ ਡੱਬ ਵਾਲੀ ਤਰਫੋਂ ਇੱਕ ਟਰਾਲੇ ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਕੀਤੀ ਤਾਂ ਉਸ ਵਿੱਚੋਂ 23 ਗੱਟੇ ਚੂਰਾ ਪੋਸਟ ਅਤੇ ਕੁੱਲ 4 ਕੁਇੰਟਲ 60 ਕਿਲੋ ਚੂਰਾ ਪੋਸਟ ਬਰਾਮਦ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਟਰਾਲਾ ਮਾਲਕ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ, ਜਦਕਿ ਹਾਲੇ ਉਸਦੀ ਗ੍ਰਿਫਤਾਰੀ ਰਹਿੰਦੀ ਹੈ ਅਤੇ ਬਾਕੀ ਦੀ ਕਾਰਵਾਈ ਅਤੇ ਜਾਂਚ ਜਾਰੀ ਹੈ। ਭੁਪਿੰਦਰ ਸਿੰਘ ਨਾਰਕੋਟਿਕ ਸੈੱਲ ਇੰਚਾਰਜ ਨੇ ਨਾਕਾ ਲਾਇਆ ਸੀਗਾ, ਕੋਈ ਕੱਲ੍ਹ 26 ਤਰੀਕ ਰਾਤ 9:30 ਦੀ ਗੱਲ ਆ। ਇਹਦੇ ਵਿੱਚ ਜਗਤਾਰ ਸਿੰਘ ਥਾਣੇ ਬਾਘੇ ਪੁਰਾਣੇ ਨਾਲ ਸੰਬੰਧ ਰੱਖਦਾ। ਇਹਨੂੰ 9:30 ਦੇ ਕਰੀਬ ਰਾਤ ਨੂੰ ਟਰਾਲੇ ਘੋੜੇ ਤੋਂ ਸ਼ੱਕ ਦੀ ਬਣਾ 'ਤੇ ਰੋਕ ਕੇ ਚੈੱਕ ਕੀਤਾ, ਜਿੱਥੋਂ 23 ਬੋਰੀਆਂ ਫੁੱਕੀ 4 ਕੁਇੰਟਲ ਦੇ ਕਰੀਬ ਜਿਹੜੀ ਬਰਾਮਦ ਕੀਤੀ ਆ। ਅਤੇ ਜਿਹੜਾ ਫਰਦਰ ਜਿਹੜੀ ਹੈਗੀ ਹੈ ਇਹਦੀ ਗ੍ਰਿਫਤਾਰੀ ਪਾ ਲਈ ਹੈ, ਅਰੈਸਟ ਕਰ ਲਿਆ ਇਹਨੂੰ ਜਗਤਾਰ ਸਿੰਘ ਨੂੰ। ਇਹਦੀ ਪੁੱਛਗਿੱਛ 'ਤੇ ਇਹਨੇ ਦੱਸਿਆ ਵੀ ਜਿਹੜਾ ਮਾਲਕ ਹੈਗਾ ਜਗਦੀਪ ਸਿੰਘ ਹੈ, ਉਹ ਵੀ ਬਾਘੇ ਪੁਰਾਣੇ ਨਾਲ ਸੰਬੰਧ ਰੱਖਦਾ, ਜਿਹੜਾ ਮਾਲ ਮੰਗਵਾਉਂਦਾ ਹੈਗਾ। ਇਹ ਟਰੱਕ ਡਰਾਈਵਰ ਹੈ, ਰਾਜਸਥਾਨ ਤੋਂ ਪਿੱਛੋਂ ਲੈ ਕੇ ਆਉਂਦੇ ਨੇ। ਉਹ ਅਸੀਂ ਆਪਣੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ, ਪੜਤਾਲ ਕਰ ਰਹੇ ਹਾਂ ਵੀ ਕਿੱਥੋਂ ਲੈ ਕੇ ਆਉਂਦੇ ਨੇ। ਕਿੰਨੇ ਕੇਸ ਵਗੈਰਾ ਇਹ ਤਾਂ ਹੋਰ ਵੀ ਕੇਸ ਹੈਗੇ ਨੇ, ਸਮਗਲਰ ਹੈਗਾ, ਬਾਕੀ ਪਤਾ ਕਰ ਰਹੇ ਹਾਂ, ਹੋਰ ਅਸੀਂ ਫਰਦਰ ਪੜਤਾਲ ਕਰਾਂਗੇ ਵੀ ਅਤੇ ਹੋਰ ਪਰਚੇ ਕਿੰਨੇ ਦਿੰਦੇ। ਮਾਲਕ ਨੂੰ ਪਰਚੇ ਦੇ ਵਿੱਚ ਲੈ ਗਏ ਜੀ? ਹਾਂ ਬਿਲਕੁਲ, ਮਾਲਕ ਨੂੰ ਵਿੱਚ ਨੋਮੀਨੇਟ ਕੀਤਾ, ਜਿਹੜਾ ਇਹ ਜਿਹੜਾ ਮਾਲਕ ਹੈ ਜਿਹੜਾ ਬਾਕੀ ਪੁਰਾਣੇ ਸੰਬੰਧ ਰੱਖਦਾ, ਜਿਹੜਾ ਮਾਲ ਮੰਗਵਾਉਂਦਾ, ਜੋ ਫਰਦਰ ਇਨਵੈਸਟੀਗੇਸ਼ਨ ਫਿਲਹਾਲ ਆਇਆ ਵੀ ਇਹ ਮਾਲ ਮੰਗਵਾਉਂਦਾ ਤੋਂ ਡਰਾਈਵਰ ਤੋਂ, ਇਹ ਦੋਨਾਂ ਦੀ ਸ਼ਮੂਲੀਅਤ ਹੈ। ਜਿੱਥੋਂ ਮਾਲ ਲੈ ਕੇ ਆਉਂਦੇ ਨੇ ਉਹ ਵੀ ਅਸੀਂ ਪਿੱਛੇ ਜਿਹੜੇ ਬੈਕਵਰਡ ਹੈ ਉਹ ਪੜਤਾਲ ਕਰ ਰਹੇ ਹਾਂ। ਇਹਦੇ ਵਿੱਚ ਹੈਗਾ ਬਲਵੀਰ ਸਿੰਘ, ਬਲਵੀਰ ਸਿੰਘ ਆਪਣੀ ਪਤਨੀ ਰਾਜਵਿੰਦਰ ਦੇ ਨਾਲ 2-3 ਦਿਨ ਪਹਿਲਾਂ ਮੋਹਾਲੀ ਇਲਾਜ ਲਈ ਜਾ ਰਹੇ ਸੀ ਅਤੇ ਤਿੱਤਰਸਰ ਗੁਰਦੁਆਰੇ ਦੇ ਕੋਲ ਜਿਹੜੀ ਜੈਨ ਗੱਡੀ ਨਾਲ ਰੋਕ ਕੇ ਮੱਥਾ ਟੇਕਣ ਲਈ ਕੋਈ ਉੱਥੇ ਰੁਕੇ ਸੀ। ਜਦੋਂ ਆ ਕੇ ਦੇਖਿਆ ਤਾਂ ਉੱਥੋਂ ਜੈਨ ਗੱਡੀ ਜਿਹੜੀ ਉੱਥੋਂ ਗਾਇਬ ਸੀ ਅਤੇ ਜਿਹੜੇ ਇਲਾਜ ਲਈ ਪੈਸੇ ਲੈ ਕੇ ਜਾ ਰਹੇ ਸੀ ਕਰੀਬ 2.5 ਲੱਖ ਦੇ ਕਰੀਬ ਵਿੱਚ ਗਏ ਸੀ ਸਮੇਤ, ਗੱਡੀ ਉੱਥੋਂ ਚੋਰੀ ਹੋ ਗਈ ਸੀ। ਇਹਦੇ ਵਿੱਚ ਤਰਜਿੰਦਰ ਸਿੰਘ ਸਪੈਸ਼ਲ ਇੰਚਾਰਜ ਜਿਹੜੇ ਸਾਡੇ ਸਬ ਇੰਸਪੈਕਟਰ ਨੇ, ਇਹਨਾਂ ਨੇ ਮਿਹਨਤ ਕਰਕੇ ਐਫਰਟਸ ਕਰਕੇ ਉਸੇ ਦਿਨ ਹੀ ਜਿਹੜੀ ਆਪਣੀ ਕਾਬਲੀਅਤ ਨਾਲ ਇਨਫੋਰਮੇਸ਼ਨ ਦੇ ਇਹਨਾਂ ਬੰਦੇ ਜਿਹੜੇ ਕੁਛ 2 ਬੰਦੇ ਅਰੈਸਟ ਕੀਤੇ ਨੇ, ਗੁਲਾਬ ਸਿੰਘ ਅਤੇ ਕੁਲਵੰਤ ਸਿੰਘ, ਇਹਨਾਂ ਕੋਲੋਂ ਉਸੇ ਦਿਨ ਹੀ ਜੈਨ ਗੱਡੀ ਅਤੇ 96,000 ਰੁਪਇਆ ਬਰਾਮਦ ਕਰਾ ਲਿਆ। ਇਹਨਾਂ ਨੂੰ ਅਰੈਸਟ ਕਰਕੇ ਫਰਦਰ ਰਿਮਾਂਡ ਲਿਆ ਇਹਨਾਂ ਦਾ। ਇਹਨਾਂ ਦੀ ਪੁੱਛਗਿੱਛ ਅਤੇ ਬਾਕੀ ਜਿਹੜੇ ਹੈਗੇ ਕੈਸ਼ ਹੈ 1,40,000 ਰੁਪਇਆ, ਦੂਜਾ ਦੋਸ਼ੀ ਜਿਹੜਾ ਸੀਗਾ ਕੁਲਵੰਤ ਸਿੰਘ ਉਹ ਤੋਂ ਬਰਾਮਦ ਕਰਵਾ ਲਿਆ ਅਤੇ 6 ਮੋਟਰਸਾਈਕਲ ਜਿਹੜੇ ਹੈਗੇ ਨੇ ਗੁਲਾਬ ਸਿੰਘ ਦੇ ਘਰੋਂ ਬਰਾਮਦ ਕਰਵਾਏ ਨੇ। ਬਠਿੰਡਾ ਤੋਂ ਸੁਖਮੰਦਰ ਸਿੰਘ ਦੀ ਰਿਪੋਰਟ।